ਪੱਛਮੀ ਬੰਗਾਲ ਦੇ ਬੰਕੂਰਾ ਨੇੜੇ ਅੱਜ ਤੜਕੇ ਦੋ ਮਾਲ ਗੱਡੀਆਂ ਆਪਸ ਚ ਟਕਰਾ ਗਈਆਂ ਜਿਸ ਕਾਰਨ ਕਈ ਡੱਬੇ ਪਟੜੀ ਤੋਂ ਉਤਰ ਗਏ। ਇਹ ਘਟਨਾ ਹੌਂਡਾ ਸਟੇਸ਼ਨ ਤੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਅੱਜ ਸਵੇਰੇ 4 ਵਜੇ ਦੇ ਕਰੀਬ ਬੰਕੂਰਾ ਨੇੜੇ ਦੋ ਟ੍ਰੇਨਾਂ ਦੀ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ। ਇੱਕ ਮਾਲ ਗੱਡੀ ਨੇ ਦੂਜੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਕਾਰਨ ਮਾਲ ਗੱਡੀ ਦੀਆਂ 12 ਵੈਗਨਾਂ ਪਟੜੀ ਤੋਂ ਉਤਰ ਗਈਆਂ। ਇਹ ਘਟਨਾ ਹੌਂਡਾ ਸਟੇਸ਼ਨ ਤੇ ਵਾਪਰੀ। ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਮਾਲ ਗੱਡੀ ਦੇ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਦੱਸ ਦਈਏ ਇਸ ਟੱਕਰ ਕਾਰਨ 11 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਦੋਵੇਂ ਮਾਲ ਗੱਡੀਆਂ ਖਾਲੀ ਸਨ। ਦੋ ਟ੍ਰੇਨਾਂ ਦੀ ਟੱਕਰ ਕਿਵੇਂ ਹੋਈ ਇਹ ਅਜੇ ਤੱਕ ਸਪਸ਼ਟ ਨਹੀਂ ਹੋ ਸਕਿਆ। ਹਾਦਸੇ ਨਾਲ ਰੇਲਵੇ ਦੇ ADRA ਡਿਵੀਜ਼ਨ 'ਚ ਰੇਲ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ADRA ਡਿਵੀਜ਼ਨ 'ਚ ਪੱਛਮੀ ਬੰਗਾਲ ਦੇ 4 ਜ਼ਿਲ੍ਹੇ ਪੱਛਮੀ ਮਿਦਾਨਪੁਰ, ਬਾਂਕੂਰਾ, ਪੁਰੂਲੀਆ, ਬਰਦਵਾਨ ਤੇ ਝਾਰਖੰਡ ਦੇ 3 ਜ਼ਿਲ੍ਹੇ ਧੰਨਬਾਦ, ਬੋਕਾਰੋ ਤੇ ਸਿੰਘਭੂਮ ਸ਼ਾਮਲ ਨੇ। ਸ਼ੁਰੂਆਤੀ ਤੌਰ ਤੇ ਹਾਦਸਾ ਸਿਗਨਲ ਨਾਲ ਜੁੜਿਆ ਜਾਪਦਾ ਹੈ। ਇਸ ਕਾਰਨ ਰੂਟ ਦੀ ਆਵਾਜਾਈ 'ਚ ਵਿਘਨ ਪਿਆ। ਰੇਲਵੇ ਸੂਤਰਾਂ ਮੁਤਾਬਕ ਸਿਗਨਲ ਓਵਰਸ਼ੂਟ ਹੋਣ ਕਾਰਨ ਮਾਲ ਗੱਡੀ ਅੱਗੇ ਚੱਲ ਰਹੀ ਇੱਕ ਹੋਰ ਮਾਲ ਗੱਡੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ, ਪਰ ਰੇਲ ਅਧਿਕਾਰੀਆਂ ਵੱਲੋਂ ਅਜੇ ਇਸ ਹਾਦਸੇ ਦਾ ਕਾਰਨ ਸਪਸ਼ਟ ਨਹੀਂ ਕੀਤਾ ਗਿਆ। Subscribe to One India channel and never miss an update.